ਦੇਸ਼ ਧਰਮ ਜਾਂ ਜਿੰਨਾ ਨੇ ਅਣਖ ਦੇ ਲਈ ਵਾਰੀ ਜ਼ਿੰਦਗੀ ਉਹ ਹਨ ਸਦਾ ਜੀਂਦੇ ਮੰਨੀ ਇਨਨਾ ਚੰਦੂ ਦੀ ਗੁਰੂ ਪੰਜਵੇਂ ਹੱਸ ਹੱਸ ਸ਼ਹਾਦਤ ਦਾ ਜਾਮ ਪੀਂਦੇ ਉਹ ਜਿੰਨਾ ਧਰਮ ਬਚਾਇਆ ਸੀ ਹਿੰਦੂਆਂ ਦਾ ਦਿੱਲੀ ਚਾਂਦਨੀ ਚੌਂਕ ਵਿੱਚ ਖੜੇ ਦੀਦੇ ਤਲੀ ਤਰ ਜੂਝਦੇ ਵਿੱਚ ਰਣਦੇ ਅਸਲੀ ਪੁੱਤਰ ਭਗਵੰਤ ਜੋ ਹੋਣ ਸ਼ੀਦੇ ਅਸਲੀ ਪੁੱਤਰ ਭਗਵੰਤ ਜੋ ਹੋਣ ਸ਼ੀਦੇ ਪੰਜਵੇਂ ਗੁਰੇ ਅਰਜਨ ਸੋਢੀ ਜੀ ਮੁਕਤੀ ਦੇ ਜਾਣੋ ਮੋਢੀ ਜੀ ਮੈਂ ਛਰਨ ਆ ਗਿਆ ਥੋਡੀ ਜੀ ਤੁਸੀਂ ਬਖਸ਼ੋ ਮਾਨ ਮਰੀਦਾਨੋ ਲੋ ਉਤੇ ਚੌਂਕੜਾ ਲਾ ਕੇ ਤੇ ਤੁਸੀਂ ਦੇਤਾ ਜਨਮ ਸ਼ਹੀਦਾਨੋ ਜਦੋਂ ਹੱਦ ਜ਼ੁਲਮ ਦੀ ਮੁੱਕੀ ਸੀ ਰੱਤ ਵਿੱਚੋਂ ਜਿਸਮ ਦੇ ਸੁੱਕੀ ਸੀ ਅਣਖ ਰਹੀ ਨਾ ਕਿਸੇ ਵਿਕੇ ਉੱਕੀ ਸੀ ਰੰਗ ਕਰਦਾ ਬਹੁਤ ਨਰਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਪੰਜਵੇਂ ਗੁਰੇ ਅਰਜਨ ਸੋਢੀ ਜੀ ਮੁਕਤੀ ਦੇ ਜਾਣੋ ਮੋਢੀ ਜੀ ਮੈਂ ਛਰਨ ਆ ਗਿਆ ਥੋਡੀ ਜੀ ਤੁਸੀਂ ਬਖਸ਼ੋ ਮਾਨ ਮਰੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਤੇ ਤੁਸੀਂ ਦਿੱਤਾ ਜਨਮ ਸ਼ਹੀਦਾਂ ਨੂੰ ਜਦੋਂ ਹੱਦ ਜ਼ੁਲਮ ਦੀ ਮੁੱਕੀ ਸੀ ਰੱਤ ਵਿੱਚੋਂ ਜਿਸਮ ਦੇ ਸੁੱਕੀ ਸੀ ਅਣਖ ਰਹੀ ਨਾ ਕਿਸੇ ਵਿੱਚ ਉੱਕੀ ਸੀ ਰੰਗ ਕਰਦਾ ਬਹੁਤ ਨਰਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇ ਬਹਾਦਰ ਨੂੰ ਹਰਿਮੰਦਰ ਸਾਹਿਬ ਬਣਾ ਕੇ ਤੇ ਹਰਿਮੰਦਰ ਸਾਹਿਬ ਬਣਾ ਕੇ ਤੇ ਰੱਖ ਲੈਣ ਜਾਣ ਦੀਆਂ ਮੀਤਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਤੇ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜਦੋਂ ਬੇੜਾ ਰੁੜਿਆ ਜਾਂਦਾ ਸੀ ਉਦੋਂ ਮੱਖਣ ਸ਼ਾਹ ਤੇ ਆਂਦਾ ਸੀ 500 ਮੋਰ ਦੀ ਭੇਡ ਚੜਾਉਂਦਾ ਸੀ ਲਾਇਆ ਬੰਨੇ ਆਣ ਸਦਾਗਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇ ਬਹਾਦਰ ਨੂੰ ਹਰਿਮੰਦਰ ਸਾਹਿਬ ਬਣਾ ਕੇ ਤੇ ਜਲ ਵਿੱਚ ਸਰੋਵਰ ਪਾ ਕੇ ਤੇ ਰੋਗੀ ਰਾਜੀ ਹੁੰਦੇ ਨਹਾ ਕੇ ਤੇ ਰੱਖ ਲੈਣ ਜਾਣ ਦੀਆਂ ਮੀਤਾਂ ਨੂੰ ਲੋ ਤੇ ਚੌਂਕੜਾ ਲਾ ਕੇ ਤੇ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਦੇਸ਼ ਧਰਮ ਦੀ ਖਾਤਰ ਜੀ ਪਰਿਵਾਰ ਨੂੰ ਕੀਤਾ ਆਤਰ ਜੀ ਹੈ ਅਜਮ ਨਮੂਨੇ ਮਾਤਰ ਜੀ ਤੁਸੀਂ ਮੰਨਿਓ ਕੁਰਦਰ ਕਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇ ਬਹਾਦਰ ਨੂੰ ਕਰ ਕਮਿਆਰਾਂ ਜਾ ਕੇ ਤੇ ਸੀ
ਲਈ ਪੱਕਾ ਭੋਜਨ ਪਾ ਕੇ ਤੇ ਆਵਾ ਪੱਕਿਆਂ ਭਾ ਵਕਾ ਕੇ ਤੇ ਕਰ ਦਿੰਦੇ ਤੇਜ ਖਰੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਤੇ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜੇ ਦਿੱਲੀ ਸੀਸ ਕਟਾਉਂਦੇ ਨਾ ਹਿੰਦੂ ਇੱਕ ਨਜ਼ਰ ਵੀ ਆਉਂਦੇ ਨਾ ਸੰਗਤਾਂ ਵਿੱਚ ਕਵੀ ਸੁਰ ਗਾਉਂਦੇ ਨਾ ਤੁਸੀਂ ਰੱਖਿਓ ਬਿਰਤੀ ਕਾਗਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਜੇ ਕੜਛੇ ਰੇਤ ਦੇ ਪੈਂਦੇ ਨਾ ਹੱਸ ਹੱਸ ਕੇ ਪਾਣੇ ਸਹਿੰਦੇ ਨਾ ਸ਼ਹੀਦ ਕਦੇ ਵੀ ਜਿੰਦਾ ਰਹਿੰਦੇ ਨਾ ਰੱਖ ਲੈਣ ਜਾਣ ਦੀ ਉਮੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਤੇ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜੇ ਦਿੱਲੀ ਸੀਸ ਕਟਾਉਂਦੇ ਨਾ ਹਿੰਦੂ ਇੱਕ ਨਜ਼ਰ ਵੀ ਆਉਂਦੇ ਨਾ ਸੰਗਤਾਂ ਵਿੱਚ ਕਵੀ ਸੁਰ ਗਾਉਂਦੇ ਨਾ ਤੁਸੀਂ ਰੱਖਿਓ ਬਿਰਤੀ ਕਾਗਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਕੌਮ ਨੂੰ ਉਹਨਾਂ ਪਰਵਾਨਿਆਂ ਤੇ ਦੇਸ਼ ਕੌਮ ਤੋਂ ਮਾਰ ਮਿਟ ਜਾਣ ਜਿਹੜੇ ਗਾਨੇ ਬੰਨ ਕੇ ਹੱਥੀ ਸ਼ਹੀਦੀਆਂ ਦੇ ਵਰਨ ਮੌਤ ਨੂੰ ਵਿੱਚ ਮੈਦਾਨ ਜਿਹੜੇ ਲੋਕੀ ਉਹਨਾਂ ਦੀਆਂ ਮੇਜਰ ਸਿੰਘਾਂ ਗਾਉਣ ਵਾਰਾਂ ਦੇਸ਼ ਕੌਮ ਤੋਂ ਹੋਣ ਕੁਰਬਾਨ ਜਿਹੜੇ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ ਜਿੰਨੀ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ ਵਾਰੇ ਵਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਵਾਂ ਉੱਤੋਂ ਜਿਨ੍ਹਾਂ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਸੂਲੀ ਫਾਂਸੀ ਚਰਖੜੀ ਤੇ ਆਰਿਆਂ ਦੇ ਦੰਦੇ ਤੱਕ ਰਤਾ ਘਬਰਾਏ ਨੀ ਸ਼ਹੀਦ ਮੇਰੀ ਕੌਮ ਦੇ ਇੱਕ ਦੋ ਨੀ ਸੈਂਕੜੇ ਹਜ਼ਾਰ ਕਈ ਲੱਖਾਂ ਵਾਰ ਗਏ ਅਜਮਾਏ ਨੇ ਸ਼ਹੀਦ ਮੇਰੀ ਕੌਮ ਦੇ ਮੇਰੇ ਦੇਸ਼ ਦੇ ਦਰਦੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਨੂਰੇ ਨਜ਼ਰ ਇਨਸਾਨੀਅਤ ਦੇ ਰਹਿਬਰ ਮਨੁੱਖਤਾ ਦੇ ਗੁਰੂ ਨੀਲੇ ਦੇ ਸ਼ਾਹ ਸਵਾਰ ਰਾਜਯੋਗੀ ਮਹਾਰਿਸ਼ੀ ਚੋਜੀ ਪ੍ਰੀਤਮ ਗਰੀਬਾਂ ਦੇ ਮਸੀਹਾ ਯੁੱਗ ਪੁਰਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰਸਾਈ ਹੋਈ ਦਸਵੀਂ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਪੰਥਕ ਮਰਜ਼ਾਦਾ ਅਨੁਸਾਰ ਸ਼ਹਿਨ ਸ਼ਾਹੇ ਦਵਾਲਮ ਸਰਵੜਿਕ ਨਾਥ ਹਜੂਰੇ ਅਨਵਰ ਪੱਤਰ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਸ਼ਹੀਦੀ ਜਾੜੇ ਨੂੰ ਸਮਰਪਿਤ ਹਰ ਸਾਲ ਦੀ ਤਗਰਾਂ ਨਗਰ ਭੂਰਾ ਕੋਨਾ ਦੀ ਸਾਧ ਸੰਗਤ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਸਭ ਤੋਂ ਪਹਿਲਾਂ ਫਤਿਹ ਬੁਲਾਓ, ਕੁਝ ਕਹਿਣ ਦੀ ਸੀਸ ਬਖਸ਼ੋ, ਝੁਕਾਓ ਸੀ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵੇਰ ਤੋਂ ਲੈ ਕੇ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਨੇ ਆਪ ਜੀ ਨਾਲ ਸਿੱਖ ਕੌਮ ਦੇ ਸੁਨਹਿਰੀ ਪੱਤਰੇ ਸਾਂਝੇ ਕੀਤੇ ਨੇ। ਤੋ ਅੱਜ ਦਾ ਜਿਹੜਾ ਦਿਹਾੜਾ ਹੈ ਬੜਾ ਅਹਿਮ ਦਿਹਾੜਾ ਸਿੱਖ ਇਤਿਹਾਸ ਦੇ ਪੰਨਿਆਂ ਦੇ ਅੰਦਰ ਹੈ, ਜਿੱਥੇ ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਉੱਥੇ ਅੱਜ ਦੇ ਦਿਨ 6 ਜੂਨ 1984 ਨੂੰ ਕਹਿਣੀ ਅਤੇ ਕਥਨੀ ਦੇ ਪੂਰੇ ਦੰਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਅੱਜ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਅਤੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਬੜੇ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਸ਼ਹੀਦ ਆਪਣੇ ਆਪ ਦੀ ਲਸਾਨੀ ਸ਼ਾਹ ਦੇ ਕੇ ਆਪਣਾ ਨਾਮ ਸਿੱਖ ਇਤਿਹਾਸ ਦੇ ਪੰਨਿਆਂ ਦੇ ਅੰਦਰ ਚਮਕਾਉਂਦੇ ਨੇ। ਜਿਹੜਾ ਸ਼ਹੀਦ ਲਫ਼ਜ਼ ਹੈ ਪੰਜਾਬੀ ਪਾਤਸ਼ਾਹ ਦਾ ਲਫ਼ਜ਼ ਨਹੀਂ, ਫਾਰਸੀ ਦੇ ਵਿੱਚ ਸ਼ਹੀਦ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਆਪਣਾ ਆਪ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੰਦਾ ਹੈ, ਜਿਹੜਾ ਸਿੱਖ ਕੌਮ ਤੋਂ ਆਪਣਾ ਆਪ ਵਾਰ ਦਿੰਦਾ ਉਹਨੂੰ ਸ਼ਹੀਦ ਆਖਿਆ ਜਾਂਦਾ ਅਤੇ ਉਹਦਾ ਨਾਂ ਸਿੱਖ ਕੌਮ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਜਾਂਦਾ ਹੈ। ਸੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ,
ਆਉ ਕਿੰਨਾ ਕੁ ਸਮਾਂ ਦਾਸ ਨੂੰ ਨਸੀਬ ਹੋਇਆ ਹੈ। ਸਿੱਖ ਇਤਿਹਾਸ ਗੁਰ ਇਤਿਹਾਸ ਵਿੱਚੋਂ ਕੋਈ ਛੰਦ ਕਹਿ ਕੇ ਆਪ ਜੀ ਤੋਂ ਖਿਮਾ ਦਾ ਜਾਚਕ ਹੋ ਜਾਣਾ ਹੈ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀ ਆ, ਉਹਨਾਂ ਨੇ ਚਾਰ ਕੁ ਲੈਣਾ ਬੜੀਆਂ ਕਾਬਲੇ ਗੌਰ ਲਿਖੀਆਂ ਨੇ। ਉਹ ਲਿਖਦੇ ਨੇ ਕਿ ਤਾਕਤ ਵਿੱਚ ਗੁਰਬਾਣੀ ਦੇ ਬੜੀ ਵੱਡੀ, ਜੇਕਰ ਸੰਗਤ ਸਾਨੂੰ ਕਿਆਸ ਹੋਵੇ, ਜਿਹੜਾ ਕੰਮ ਕਰੀਏ ਇਸ ਦੀ ਓਟ ਲੈ ਕੇ, ਅਚਨਚੇਤ ਉਹ ਕਾਰਜ ਰਾਸ ਹੋਵੇ, ਹੋਵੇ ਇਸ ਗੁਰਬਾਣੀ ਦਾ ਜਾਪ ਜਿੱਥੇ, ਉਸ ਲਈ ਨਾ ਜਮਾਂ ਦੀ ਫਾਸ ਹੋਵੇ, ਰਿਬ ਰਵੰਗ ਰਾਹ ਮਾਰ ਕੇ ਦੱਸਦੀ ਹੈ, ਸੱਚ ਖੰਡ ਜੇ ਜਾਣ ਦੀ ਆਸ ਹੋਵੇ, ਅੱਖਰ ਅੱਖਰ ਅੰਦਰ ਗੁਰੂ ਗ੍ਰੰਥ ਜੀ ਦੇ, ਗੁਰੂ ਸਾਹਿਬ ਦਾ ਸਿੱਖੋ ਨਿਵਾਸ ਹੋਵੇ, ਭਾਗਾਂ ਵਾਲੀ ਇਹ ਥਾਂ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਦਾ ਜਿੱਥੇ ਪ੍ਰਕਾਸ਼ ਹੋਵੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਸੋ ਆਓ ਗੁਰੂ ਕੇ ਸੰਗਤਾਂ, ਗੁਰੂ ਗੋਬਿੰਦ ਸਿੰਘ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੁਨੀਆਂ ਦੀ ਕਾਇਆ ਪਲਟਣ ਵਾਸਤੇ ਸੰਸਾਰ ਦੇ ਅੰਦਰ ਪ੍ਰਵੇਸ਼ ਕਰਦੀਆਂ ਨੇ, ਜਿਨ੍ਹਾਂ ਨੇ ਸਮਾਜ ਦੀ ਮੱਧਮ ਹੋ ਚੁੱਕੀ ਜੀਵਨ ਸੰਗਿਆੜੀ ਨੂੰ ਆਪਣੀ ਕਰਨੀ ਤੋਂ ਇੱਕ ਨਵੀਂ ਰੋਸ਼ਨੀ ਦਿੱਤੀ ਹੈ ਅਤੇ ਦੇਸ਼ ਦੇ ਵਿੱਚ ਇੱਕ ਨਵਾਂ ਭਾਈਚਾਰਾ ਕਾਇਮ ਕੀਤਾ ਹੈ। ਕਲਗੀਧਰ ਪਾਤਸ਼ਾਹ ਜਿੱਥੇ ਸੰਤ ਸਿਪਾਹੀ ਸੂਰਜ ਯੋਧੇ ਸਨ, ਮਹਾਨ ਪਰਵਕਾਰੀ ਸਨ, ਉੱਥੇ ਮਹਾਨ ਸਾਹਿਤਕਾਰ ਵੀ ਸਨ। ਇੰਨੀ ਛੋਟੀ ਉਮਰ ਦੇ ਇੰਨੇ ਵੱਡੇ ਮਹਾਨ ਕਾਰਜ ਕਰ ਜਾਣੇ ਆਮ ਮਨੁੱਖ ਦੇ ਹਿੱਸੇ ਨਹੀਂ ਆਏ। ਅੱਲਾ ਯਾਰਖਾਂ ਜੋਗੀ ਨੇ ਦੋ ਕਿਤਾਬਾਂ ਕਲਗੀਧਰ ਪਾਤਸ਼ਾਹ ਦੀ ਤਾਰੀਫ ਲਿਖੀਆਂ, ਇੱਕ ਦਾ ਨਾਂ ਹੈ ਗੰਜ ਹੈ ਸ਼ਹੀਦਾਂ। ਉਹ ਲਿਖਦਾ ਹੈ ਕਿ ਏਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੱਤੇ ਹੈ। ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਹਰ ਇੱਕ ਪਹਿਲੂ ਤੋਂ ਬਦਲਿਆ ਹੈ, ਉਹਨਾਂ ਨੇ ਸਾਡੀ ਕਹਿਣੀ ਰਹਿਣੀ ਬਹਿਣੀ ਸਾਡਾ ਪਹਿਰਾਵਾ ਬਦਲਿਆ ਹੈ। ਸੋ ਗੁਰਦੇਵ ਪਾਤਸ਼ਾਹ ਨੇ ਆਪਣੇ ਹੱਥੀਂ ਬਜਿੱਤਰ ਨਾਟਕ ਦੀ ਰਚਨਾ ਕੀਤੀ ਹੈ। ਬਜਿੱਤਰ ਨਾਟਕ ਵਿੱਚ ਗੁਰਦੇਵ ਪਾਤਸ਼ਾਹ ਨੇ ਖੋਲ੍ਹ ਕੇ ਲਿਖ ਦਿੱਤਾ ਹੈ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਾਬ ਸਾਜੇ ਬੇਦ ਮੋਏ ਆਨੋ, ਹਿਮਕੁੰਡ ਪਰਬਤ ਹੈ ਜਹਾਂ, ਸਾਬਰਤ ਸਿੰਘ ਸੋਭਤ ਹੈ ਤਹਾਂ, ਸਾਬਰਤ ਸਿੰਘ ਤੇ ਨਾਮ ਕਹਾਵਾ, ਪੰਡ ਰਾਜ ਹੈ ਜੋ ਕਮਾਵਾ, ਤੈ ਹਮ ਅਦਕ ਤਪੱਸਿਆ ਭਇਓ, ਦਵੈ ਤੋਂ ਏਕ ਰੂਪ ਹੋ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਰ ਯੋਗ ਸਾਧਨਾ ਸਾਧਾ, ਤਿਨਕੋ ਕਰੀ ਅਲਾਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ, ਜਬ ਤਬ ਆਇਸ ਆਇ ਮੈਂ ਦੀਆ, ਤਬ ਹਮ ਜਨਮ ਕਲੂ ਮਿਲੀਆ। ਮੇਰੇ ਗੁਰਦੇਵ ਪਾਤਸ਼ਾਹ ਨੇ ਦੁਨੀਆਂ ਦੇ ਅੰਦਰ ਅਜਿਹਾ ਸਪਿਰਟ ਤੇ ਜੋਸ਼ ਭਰ ਦਿੱਤਾ ਹੈ ਖੰਡੇ ਬਾਟੀ ਦੀ ਤੌਲ ਦੇ ਪਾਹੁਲ ਦੇ ਕੇ। ਸੋ ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ। ਆਓ ਵਕਤ ਦੀਆਂ ਸਰਕਾਰਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ ਪਹਿਲਾਂ ਕਈ ਤਰ੍ਹਾਂ ਦੇ ਹਮਲੇ ਕੀਤੇ ਗਏ। ਇੱਥੇ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ, 11 ਵਾਰ ਹਿੰਦੁਸਤਾਨ ਉੱਤੇ ਨੇ ਹਮਲੇ ਕੀਤੇ, ਪਰ ਕਿਸੇ ਕੌਮ ਦਾ ਹੀਲਾ ਨਹੀਂ ਪਿਆ ਕਿ ਇਹਦਾ ਮੁਕਾਬਲਾ ਕਰ ਜਾਵੇ। ਪਰ ਇੱਕੋ ਇੱਕ ਸਿੱਖ ਕੌਮ ਹੈ ਜਿਹਨੇ ਅਹਿਮਦ ਸ਼ਾਹ ਅਬਦਾਲੀ ਦਾ ਵੀ ਮੁਕਾਬਲਾ ਕੀਤਾ ਹੈ। ਇੱਥੇ ਨਾਦਰ ਸ਼ਾਹ ਦੁਰਾਨੀ ਚੜ੍ਹ ਕੇ ਆਇਆ, ਇੱਥੇ ਖਾਨ ਬਹਜਗਰੀਆ ਖਾਨ 1725 ਈਸਵੀ ਤੋਂ ਲੈ ਕੇ ਅਤੇ 1745 ਈਸਵੀ ਤੱਕ ਸਿੱਖਾਂ ਦਾ ਪੱਤਾ ਪੁੱਤਾ ਜਿਹਨੇ ਵੈਰੀ ਬਣਾ ਦਿੱਤਾ ਸੀ, ਉਸ ਟਾਈਮ 'ਤੇ ਸਿੱਖਾਂ ਨੇ ਆਪਣੀਆਂ ਵੱਧ ਤੋਂ ਵੱਧ ਕੁਰਬਾਨੀਆਂ ਸ਼ਹੀਦੀਆਂ ਲਾਹੌਰ ਦੇ ਨਿਕਾਸ਼ ਚੌਂਕ ਵਿੱਚ ਦਿੱਤੀਆਂ ਨੇ, ਜਿਹਦੇ ਵਿੱਚ ਵਿਦਵਾਨਾਂ ਨੇ ਲਿਖਿਆ ਕਿ ਬੱਚੇ ਬੁੱਢੇ ਬਜ਼ੁਰਗ ਜਿਹੜੇ ਲਾਹੌਰ ਦੇ ਨਿਕਾਸ਼ ਚੌਂਕ ਦੇ ਵਿੱਚ ਜਾ ਖਾਨ ਬਹਾਦਰ ਜਗਰੀਆ ਖਾਨ ਨੇ ਸ਼ਹੀਦ ਕੀਤੇ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ। ਫਿਰ ਜਹਾਨ ਖਾਨ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ ਆਇਆ ਹੈ। ਤੈਮੂਰ ਵਰਗੇ ਇੱਥੇ ਬਾਦਸ਼ਾਹ ਚੜ੍ਹ ਕੇ ਆਏ ਨੇ। ਉਸ ਤੋਂ ਬਾਅਦ 1984 ਦਾ ਉਹ ਸਮਾਂ ਆਇਆ ਹੈ ਜਿਸ ਵੇਲੇ ਵਕਤ ਦੀ ਸਰਕਾਰ ਨੇ, ਵਕਤ ਦੀ ਹਕੂਮਤ ਨੇ 1984 ਈਸਵੀ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਜਿੱਥੇ ਕਹਿਣੀ ਅਤੇ ਕਥਨੀ ਦੇ ਪੂਰੇ ਪੰਜਾਂ ਬਾਣੀਆਂ ਦੇ ਨਿਤਨੇਮੀ
ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਆਪਣੇ 40 ਕੁ ਸਿੰਘਾਂ ਦੇ ਨਾਲ ਮੌਜੂਦ ਸਨ। ਇਹਨਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸ੍ਰੀ ਅਕਾਲ ਤਖ਼ਤ ਜਿਹੜੀ ਸਿਰਜਣਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਹੈ, ਅਕਾਲ ਤਖ਼ਤ ਸਾਹਿਬ ਚ ਰਹਿ ਕੇ ਇਹਨਾਂ ਨੇ ਇਸ ਫੌਜ ਦਾ ਮੁਕਾਬਲਾ ਕੀਤਾ ਹੈ। ਦੁਸ਼ਮਣ ਦਲ 6 ਲੱਖ ਦੀ ਗਿਣਤੀ ਦੇ ਵਿੱਚ ਚੜ੍ਹ ਕੇ ਆਇਆ ਹੈ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਮਲਾ ਕੀਤਾ ਹੈ। ਅੱਗੋਂ ਜਰਨਲ ਸ਼ਬੇਸ ਸਿੰਘ ਵਰਗੇ, ਬਾਬਾ 18 ਸਿੰਘ ਵਰਗੇ, ਆਪਣੇ ਇਲਾਕੇ ਦੀ ਮਹਾਨ ਸ਼ਹੀਦ ਬਾਬਾ ਸੁਜਾਨ ਸਿੰਘ ਜੀ ਮਨਾਵੇਂ ਵਰਗੇ, ਜਿਨ੍ਹਾਂ ਨੇ ਇਸ ਦੁਸ਼ਮਣ ਦਲ ਦਾ ਮੁਕਾਬਲਾ ਕੀਤਾ ਹੈ। 6 ਜੂਨ ਵਾਲੇ ਦਿਨ ਇਹਨਾਂ ਨੇ ਆਪਣੇ ਆਪ ਦੀ ਸ਼ਹੀਦੀ ਪ੍ਰਾਪਤ ਕੀਤੀ ਸੀ। ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ, ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢੇਰ ਢੇਰੀ ਕੀਤਾ ਗਿਆ ਹੈ, ਉਸ ਤੋਂ ਬਾਅਦ 2 ਸਿੱਖ ਸੂਰਮੇ ਜਿਨ੍ਹਾਂ ਦਾ ਨਾਂ ਸਿੱਖ ਇਤਿਹਾਸ ਦੇ ਪੰਨਿਆਂ ਦੇ ਅੰਦਰ ਆਉਂਦਾ ਹੈ, ਇੱਕ ਦਾ ਨਾਂ ਹੈ ਭਾਈ ਸੁਖਦੇਵ ਸਿੰਘ ਸੁੱਖਾ, ਜਿਹੜਾ ਅੰਮ੍ਰਿਤਸਰ ਦੇ ਇਲਾਕੇ ਜੰਡਿਆਲਾ ਗੁਰੂ ਕੇ ਦੇ ਇਲਾਕੇ ਦਾ ਪਿੰਡ, ਛੋਟਾ ਜਿਹਾ ਪਿੰਡ ਹੈ ਪਿੰਡ ਗਦਲੀ, ਇਸ ਗਦਲੀ ਦੇ ਵਿੱਚ ਇਸ ਦਾ ਜਨਮ ਹੋਇਆ ਸੀ। ਸੋ ਇਹ ਸੁਖਦੇਵ ਸਿੰਘ ਸੁੱਖਾ। ਇਹਦੇ ਨਾਲ ਦੂਸਰਾ ਹੈ ਭਾਈ ਹਰਜਿੰਦਰ ਸਿੰਘ ਜਿੰਦਾ, ਜਿਹੜਾ ਚੱਕ ਨੰਬਰ 11 ਪਿੰਡ ਕਰਨਪੁਰ ਰਾਜਸਥਾਨ ਦੇ ਰਹਿਣ ਵਾਲਾ ਸੀ। ਇਹ ਦੋਵਾਂ ਨੇ ਬੜੀ ਵੱਡੀ ਪੜ੍ਹਾਈ ਕੀਤੀ, ਕਾਲਜ ਤੋਂ ਬਾਅਦ ਡਿਗਰੀਆਂ ਪ੍ਰਾਪਤ ਕੀਤੀਆਂ, ਦੋਵੇਂ ਇਕੱਠੇ ਹੀ ਪੜ੍ਹਦੇ ਰਹੇ ਅਤੇ ਦੋਵਾਂ ਨੇ ਇਕੱਠਿਆਂ ਹੀ ਜੋਬ ਆਰੰਭ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਇਹਨਾਂ ਨੇ ਆਪਣੀ ਨੌਕਰੀ ਕਰਦਿਆਂ ਹੋਇਆਂ ਇਹ ਖਬਰ ਸੁਣੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ ਵਕਤ ਦੀ ਹਕੂਮਤ ਨੇ, ਇਹਨਾਂ ਦੋਵਾਂ ਵੀਰਾਂ ਨੇ ਸਲਾਹ ਕੀਤੀ ਹੈ, ਆਪਣੀ ਨੌਕਰੀ ਤੋਂ ਛੁੱਟੀ ਲੈ ਕੇ ਘਰਾਂ ਨੂੰ ਵਾਪਸ ਪਰਤੇ ਨੇ। ਇਹਨਾਂ ਨੇ ਇੱਕ ਸਮਾਂ ਨੀਤ ਕਰ ਲਿਆ ਗਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਅੱਖੀਂ ਤੱਕਿਆ ਜਾਵੇ ਕਿ ਦੁਸ਼ਮਣ ਦਲ ਨੇ, ਦੁਸ਼ਮਣ ਫੌਜ ਨੇ ਕਿਹੜਾ ਜ਼ੁਲਮ ਸਾਡੇ ਉੱਤੇ ਕੀਤਾ ਹੈ। ਆਖਿਰਕਾਰ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੋਵੇਂ ਸੂਰਮੇ ਸਮੇਂ ਦਾ ਟਾਈਮ ਨੀਤ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। 4 ਚਪੇਰੇ ਖੂਨ ਦੇ ਨਾਲ ਸੱਚਖੰਡ ਹਰਿਮੰਦਰ ਸਾਹਿਬ ਜਦੋਂ ਲੱਥ ਪੱਤ ਹੋਇਆ ਸੀ, ਉਹ ਅੱਖੀਂ ਆਪਣੇ ਡਿੱਠਿਆ ਹੈ, ਆਪਣੀ ਅੱਖੀਂ ਵੇਖਿਆ ਕਿ ਕਿਵੇਂ ਉੱਥੇ ਛੋਟੇ ਛੋਟੇ ਬੱਚੇ, ਕਿਉਂਕਿ 12,000 ਬੋਤਲ ਜਿਹੜੀ ਛੋਟੀ ਬੱਚਿਆਂ ਦੀ ਦੁੱਧ ਚੁੰਘਣ ਵਾਲੀ ਉੱਥੋਂ ਬਰਾਦਮ ਹੋਈ ਸੀ, ਇੱਥੋਂ ਅੰਦਾਜ਼ਾ ਲੱਗਦਾ ਹੈ ਕਿੰਨੇ ਛੋਟੇ ਬੱਚੇ ਸੱਚਖੰਡ ਸ੍ਰੀ ਹਰਿਮੰਦਰ ਸ਼ਹੀਦ ਕੀਤੇ ਗਏ ਨੇ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸੁੱਖਾ ਦੋਵਾਂ ਨੇ ਅੱਖਾਂ ਦੇ ਨਾਲ ਟੱਠਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਵੇਲੇ ਵੇਖਿਆ ਹੈ, ਇਹਨਾਂ ਦੀਆਂ ਅੱਖਾਂ ਸਾਉਣ ਮਾਂ ਦੀ ਘਟਾ ਨੂੰ ਛਲਪ ਗਈਆਂ ਨੇ। ਇਹਨਾਂ ਨੇ ਦੂਰੋਂ ਨਮਸਕਾਰ ਕੀਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਨੂੰ, ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਕਿਰਪਾ ਕਰੋ, ਅਸੀਂ ਕੌਮ ਦੀ ਡਿੱਗੀ ਹੋਈ ਪੱਗ ਕੌਮ ਦੇ ਸਿਰ ਉੱਤੇ ਟਿਕਾ ਸਕੀਏ, ਸਾਨੂੰ ਆਗਿਆ ਬਖਸ਼ੋ, ਅਸੀਂ ਜਿਹੜੀ ਵਕਤ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਹੁਕਮ ਦੇ ਨਾਲ, ਇੰਦਰਾ ਗਾਂਧੀ ਦੇ ਹੁਕਮ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ, ਹੋਈ ਇਸ ਬੇਅਦਬੀ ਦਾ ਬਦਲਾ ਲੈ ਸਕੀਏ। ਦੋਵਾਂ ਵੀਰਾਂ ਨੇ ਜਿਵੇਂ ਸਲਾਹ ਕੀਤੀ, ਜਿਵੇਂ ਪ੍ਰਕਰਮਾ ਖਲੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਨੇ ਆਪਣੀ ਅਰਦਾਸ ਕੀਤੀ, ਇਹਨਾਂ ਦੀ ਗੈਰਤ ਨੇ ਜਿਵੇਂ ਗੜਾਈਆਂ ਲਈਆਂ ਹੈ, ਆਓ ਉਸ ਵੇਲੇ ਦਾ ਨਕਸ਼ਾ ਮਹਿਦੀਪੁਰੀਆਂ ਦਾ ਕੁਛ ਦੀ ਜਥਾ ਆਪ ਜੀ ਸੇਵ ਚ ਹੈ, ਇਉਂ ਬਿਨਕਰ ਵਿੱਚ ਜੁਣ 84 ਦੇ ਤੇਜਾ ਕੱਲੁਕਾਰਾ ਹੋਇਆ, ਜਦ ਜ਼ੁਲਮ ਵੈਦੀਏ ਦਾ ਛੇਰਾ ਤੱਕਿਆ ਸ਼ਿਖਰੀ ਛੋਇਆ, ਤੱਕ ਦਾਗ ਗੋਲੀਆਂ ਦੇ ਕਸਮਾਂ ਸੂਰਮਿਆਂ ਨੇ ਖਾਈਆਂ, ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ, ਓ ਵਿੱਚ ਜੁਣ 84 ਦੇ ਤੀਜਾ ਕੱਲੁਕਾਰਾ ਹੋਇਆ, ਜਦ ਜ਼ਾਲਮ ਵੈਦੀਏ ਦਾ ਛੇਰਾ ਤੱਕਿਆ ਸ਼ਿਖਰੀ ਛੋਇਆ, ਤੱਕ ਦਾਗ ਗੋਲੀਆਂ ਦੇ ਕਸਮਾਂ ਸੂਰਮਿਆਂ ਨੇ ਖਾਈਆਂ, ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ, ਓ ਹਿਰਦੇ ਵਿੱਚ ਠਾਣ ਲਈ ਆਪਾਂ
ਬਦਲ ਲੈ ਕੇ ਛੱਡਣਾ ਇਸ ਦੁਸ਼ਟ ਵੈਦੀਏ ਦਾ ਕੰਡਾ ਸ਼ਿਖਰ ਦੇ ਪੈਰੇ ਕੱਢਣਾ ਪਏ ਕਰਨ ਸਲਾਹਾਂ ਨੂੰ ਕਸਮਾਂ ਸਿਰ ਨਾ ਜਾਣ ਨਭਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਓ ਨਾ ਪਿੱਛੇ ਛੱਡਿਆ ਕੋਈ ਹੋ ਨਾ ਪਿੱਛੇ ਛੱਡਿਆ ਕੋਈ ਨਹੀਂ ਅੱਗੇ ਐਸਾ ਛੱਡਣਾ ਜੋਵਣ ਖਵੰਗਾਰੇਗਾ ਉਸਨੂੰ ਵਾਂਗ ਮੱਸੇ ਦੇ ਵੱਢਣਾ ਸਿੱਖ ਕੌਮ ਦੇ ਸਿਰ ਉੱਤੋਂ ਕਹਿੰਦੇ ਜਾਣ ਭਾਜੀਆਂ ਲਾਈਆਂ ਹੋ ਸਿੱਖ ਕੌਮ ਦੇ ਸਿਰ ਉੱਤੋਂ ਕਹਿੰਦੇ ਜਾਣ ਭਾਜੀਆਂ ਲਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਓ ਸਿੰਘ ਵਾਦਾ ਕਰਦੇ ਨਾ ਨਹੀਂ ਜਰਨ ਕਿਸੇ ਦਾ ਵਾਦਾ ਵੈਦੀਏ ਨੂੰ ਸੋਧਣ ਦਾ ਬੈਠੇ ਪੱਕਾ ਹੀ ਧਾਰੇ ਇਰਾਦਾ ਚੱਲ ਵਿੱਚ ਹਰਿਮੰਦਰ ਦੇ ਓਟਾਂ ਸਤਿਗੁਰ ਦੀਆਂ ਤਕਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਓ ਜਦੋਂ ਵੇਖਿਆ ਅੱਖਾਂ ਨਾ ਟੱਠਾ ਤਖਤ ਅਕਾਲ ਜਵਾਨਾਂ ਝੱਟ ਲਿਆ ਫੈਸਲਾ ਸੀ ਲਾਈਏ ਹਿੱਤ ਧਰਮ ਦੀ ਜਾਨਾ ਹੁਣ ਸ਼ੇਰ ਮੁਹੱਬਤ ਦੀਆਂ ਗੱਲਾਂ ਜਾਣ ਗਈਆਂ ਦੁਹਰਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਓ ਜੱਗ ਪੂਜੇ ਉਹਨਾਂ ਨੂੰ ਜੱਗ ਪੂਜੇ ਉਹਨਾਂ ਨੂੰ ਜਿਹੜੇ ਜਮ ਸ਼ਹਾਦਤ ਪੀਂਦੇ ਓ ਮਰਦ ਸਦਾਵਨ ਨਾ ਜਿਹੜੇ ਪੱਤ ਲੱਥੀ ਤੋਂ ਜਿਉਂਦੇ ਕਹਿੰਦੇ ਇਸ ਬੁਰੀ ਹਕੂਮਤ ਦੀਆਂ ਸਬਰੀ ਹਕੂਮਤ ਨੂੰ ਕਹਿੰਦੇ ਜਾਣ ਨਾ ਕੇਲਾ ਪਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਹੋ ਰਹੀ ਭੜਕ ਜਵਾਲਾ ਸੀ ਅਣਖੀ ਸ਼ੇਰਾਂ ਦੇ ਵਿੱਚ ਹਿਰਦੇ ਵੈਦੀਏ ਨੂੰ ਸੋਧਣ ਲਈ ਕੜਦੇ ਮਰਦ ਸਕੀਮਾਂ ਫਿਰਦੇ ਜਸ ਮਰਦ ਦੂਲਿਆਂ ਦਾ ਗਾਉਣਾ ਅਮਰਦੀਤ ਸਬਰਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲੈ ਉੱਠੀ ਅੰਗੜਾਈਆਂ ਸੰਨ 1984 ਦੇ ਵਿੱਚ ਅਕਤੂਬਰ ਦਾ ਮਹੀਨਾ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਇਹਦੇ ਨਾਲ ਦੂਸਰਾ ਸਾਥੀ ਹੈ ਭਾਈ ਹਰਜਿੰਦਰ ਸਿੰਘ ਜਿੰਦਾ।
ਦੋਵੇਂ ਸਾਚਕਿਆਂ ਸ਼੍ਰੀ ਹਰਿਮੰਦਰ ਸਾਹਿਬ ਕੇ ਪਹੁੰਚ ਕੇ ਇਹਨਾਂ ਨੇ ਅਰਦਾਸ ਕੀਤੀ, ਅਰਦਾਸ ਬੇਨਤੀ ਕੀਤੀ ਹੈ, ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਆਗਿਆ ਬਖਸ਼ੋ, ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਈਏ। ਪਾਗਲ ਪੱਲਾ ਖਾਲਸੇ ਅਰਦਾਸ ਗੁਜ਼ਾਰੀ, ਤੇਰਾ ਨਾਲ ਖਾਲਸੇ ਕਰ ਲਈ ਤਿਆਰੀ, ਹੁਣ ਤੈਨੂੰ ਸ਼ਰਮਾ ਸਾਡੀਆਂ ਸਤਿਗੁਰ ਬਲਕਾਰੀ, ਅਰਦਾਸ ਬੇਨਤੀ ਕੀਤੀ ਹੈ। ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮਾਂ ਨੀਤ ਕਰ ਲਿਆ ਗਿਆ ਹੈ ਕਿ ਦੋਵੇਂ ਸੂਰਮੇ ਆਪਣੀ ਡਿਊਟੀ ਉੱਤੇ ਵਾਪਸ ਚਲੇ ਜਾਣਗੇ, ਆਪੋ ਆਪਣੇ ਪਿੰਡਾਂ ਵਿੱਚ ਚਲੇ ਗਏ ਨੇ। ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਗੁਰੂ ਕੇ ਦੇ ਲਾਗੇ, ਇੱਥੋਂ 2 ਕਿਲੋਮੀਟਰ ਦੀ ਦੂਰੀ ਉੱਤੇ ਪਿੰਡ ਗਦਲੀ ਭਾਈ ਸੁੱਖਾ ਦੇਵ ਸਿੰਘ ਜੀ ਸੁੱਖਾ ਜੀ ਦਾ ਸੀ। ਦੂਸਰਾ ਇਹਦਾ ਸਾਥੀ ਸੀ ਕਰਨਪੁਰ ਇਲਾਕੇ ਦੇ ਰਹਿਣ ਵਾਲਾ ਭਾਈ ਹਰਜਿੰਦਰ ਸਿੰਘ ਜਿੰਦਾ, ਦੋਵੇਂ ਆਪਣੀ ਡਿਊਟੀ ਉੱਤੇ ਫਿਰ ਜਾ ਕੇ ਤੈਨਾਤ ਹੋਏ ਨੇ, ਸਮਾਂ ਨੀਤ ਕਰ ਲਿਆ ਗਿਆ ਹੈ। ਇਹਨਾਂ ਨੇ ਆਖਿਆ ਕਿ ਇਹ ਹਕੂਮਤ ਦੀ ਜਿਹੜੀ ਨੌਕਰੀ ਇਹਨੂੰ ਅਸੀਂ ਤਿਆਗ ਦੇਣਾ ਹੈ, ਜਿਹਨੇ ਸਾਡੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਹੈ ਉਸ ਦੁਸ਼ਮਣ ਨੂੰ ਅਸੀਂ ਮੌਤ ਦੇ ਕਾਰਡ ਉਤਾਰ ਦੇਣਾ ਹੈ, ਉਹਨਾਂ ਚਿਰ ਅਸੀਂ ਆਪਣੇ ਘਰਾਂ 'ਚ ਟੇਕੇ ਨਹੀਂ ਬੈਠਾਂਗੇ, ਜਿੰਨਾ ਚਿਰ ਇਸ ਜ਼ੁਲਮ ਕਰਨ ਵਾਲੇ ਅਸੀਂ ਦੁਸ਼ਮਣ ਨੂੰ ਮੌਤ ਦੇ ਕਾਰਡ ਨਹੀਂ ਉਤਾਰ ਦਿੰਦੇ। ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ। ਉੱਧਰੋਂ ਅਕਤੂਬਰ ਦੇ ਮਹੀਨੇ ਦੇ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜੀ ਦੋਵਾਂ ਸੂਰਮਿਆਂ ਨੇ ਇੰਦਰਾ ਗਾਂਧੀ ਵਕਤ ਦੀ ਪ੍ਰਧਾਨ ਮੰਤਰੀ ਨੂੰ ਗੱਡੀ ਚਾੜ੍ਹ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਖਬਰ ਸੁਣੀ ਹੈ ਭਾਈ ਹਰਜਿੰਦਰ ਸਿੰਘ ਸੁੱਖੇ ਨੇ, ਇਹਨੇ ਆਖਿਆ ਕਿ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਮੌਤ ਦੇ ਕਾਰਡ ਉਤਾਰ ਦਿੱਤਾ ਹੈ। ਹੁਣ ਆਪਣੀ ਨਜ਼ਰ ਦੇ ਵਿੱਚ ਇੱਕੋ ਇੱਕ ਜਰਨਲ ਹੈ ਜਿਹੜਾ ਭਾਰਤੀ ਫੌਜਾਂ ਦੀ ਕਮਾਂਡ ਕਰਦਾ ਰਿਹਾ, ਉਹ ਹੈ ਜਰਨਲ ਵੈਦਿਆ। ਇਹਦਾ ਅਸਲੀ ਨਾਮ ਹੈ ਅਰਨ ਕੁਮਾਰ ਵੈਦਿਆ, ਜਿਹੜਾ ਉਸ ਵੇਲੇ ਪੂਨੇ ਦੇ ਵਿੱਚ ਡਿਊਟੀ ਕਰਦਾ ਸੀ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸੁੱਖਾ, ਇਹਨਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਵੱਡੀ ਨੌਕਰੀ ਉੱਤੇ ਤੈਨਾਤ ਸਨ, ਪਰ ਇਹਨਾਂ ਨੇ ਆਪਣੀਆਂ ਨੌਕਰੀਆਂ ਨੂੰ ਠੋਕਰ ਮਾਰ ਦਿੱਤੀ ਹੈ। ਇੱਥੋਂ ਅਸਤੀਫਾ ਦੇਣ ਤੋਂ ਬਾਅਦ ਦੋਵੇਂ ਸੂਰਮੇ ਇਸ ਧਰਮੀ ਸੰਘਰਸ਼ ਦੇ ਵਿੱਚ ਕੁੱਦੇ ਨੇ, ਦਿੱਲੀ ਦੀ ਧਰਤੀ ਅੰਦਰ ਵੀ ਪਹੁੰਚੇ ਨੇ, ਜਿੱਥੇ ਦਿੱਲੀ ਦੀ ਧਰਤੀ ਅੰਦਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿੱਥੇ ਸਿੱਖਾਂ ਦਾ ਬੜਾ ਵੱਡਾ ਕਤਲੇਆਮ ਹੋਇਆ, ਜਿੱਥੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਉਹਨਾਂ ਨੂੰ ਮੌਤ ਦੇ ਕਾਰਡ ਉਤਾਰਿਆ ਗਿਆ ਹੈ, ਕਈ ਸਿੱਖਾਂ ਦੇ ਸਾਰੇ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਕਾਰਡ ਉਤਾਰ ਦਿੱਤੇ ਗਏ ਨੇ। ਇੰਨਾ ਕਹਿਰ 2 ਦਿਨ ਦਿੱਲੀ ਦੀ ਧਰਤੀ ਦੇ ਅੰਦਰ ਹੁੰਦਾ ਰਿਹਾ ਹੈ। ਉਸ ਟਾਈਮ ਉੱਤੇ ਵਿਦਵਾਨਾਂ ਨੇ ਲਿਖਿਆ ਕਿ 36 ਚੌਂਕੀਆਂ ਸਨ ਦਿੱਲੀ ਦੇ ਵਿੱਚ, ਪਰ 36 ਚੌਂਕੀਆਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਵੀ ਸਿੱਖਾਂ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ, ਕਿਉਂਕਿ ਇਹ ਆਪ ਵਕਤ ਦੀ ਸਰਕਾਰ ਨੇ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ ਕਰਵਾਇਆ ਸੀ। ਛੋਟੇ ਛੋਟੇ ਬੱਚੇ ਉਹਨਾਂ ਨੂੰ ਮੌਤ ਦੇ ਕਾਰਡ ਉਤਾਰਿਆ ਗਿਆ ਹੈ। ਦੁਸ਼ਮਣ ਦਲ ਨੇ ਇੰਨਾ ਵੱਡਾ ਹਮਲਾ ਸਿੱਖ ਕੌਮ ਉੱਤੇ ਇਹ ਕੀਤਾ ਸੀ, ਅੱਖੀਂ ਜਾ ਕੇ ਜਿਸ ਵੇਲੇ ਦਿੱਲੀ ਦੇ ਵਿੱਚ ਵੀ ਵੇਖਿਆ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਨੇ, ਇਹਨੇ ਆਖਿਆ ਕਿ ਜਿਹੜੇ ਦੁਸ਼ਮਣਾਂ ਨੇ ਹਮਲਾ ਕਰਵਾਇਆ ਹੈ ਦਿੱਲੀ ਦੀ ਧਰਤੀ ਦੇ ਅੰਦਰ, ਇਹਨਾਂ ਨੇ ਉਸ ਵੇਲੇ ਹਿਲਟਰ ਅਤੇ ਕਈ ਇੱਥੋਂ ਦੇ ਜਿਹੜੇ ਦੰਗਾ ਕਰਨ ਵਾਲੇ ਦੰਗਾਕਾਰੀਆਂ, ਉਹਨਾਂ ਨੂੰ ਮੌਤ ਦੇ ਕਾਰਡ ਉਤਾਰਿਆ ਗਿਆ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ। ਆਖਿਰਕਾਰ ਇਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਪਤਾ ਲੱਗੇ ਕਿ ਜਰਨਲ ਅਰਨ ਕੁਮਾਰ ਵੈਦਿਆ ਕਿੱਥੇ ਰਹਿ ਰਿਹਾ, ਇਹਦੀ ਰਹਿਜ਼ ਕਿੱਥੇ ਹੈ, ਡਿਊਟੀ ਕਿੱਥੇ ਕਰਦਾ ਹੈ। ਕੁਝ ਮਹੀਨੇ ਬੀਤ ਜਾਣ ਤੋਂ ਬਾਅਦ ਸੂਰਮਿਆਂ ਨੂੰ ਪੱਕੀ ਡਾਇਰੀ ਮਿਲੀ ਹੈ, ਪੱਕੀ ਰਿਪੋਰਟ ਮਿਲੀ ਹੈ, CID ਮਿਲੀ ਹੈ ਕਿ ਪੂਨੇ ਦੀ ਧਰਤੀ ਦੇ ਅੰਦਰ ਇਸ ਵੇਲੇ ਅਰਨ ਕੁਮਾਰ ਵੈਦਿਆ ਆਪਣੀ ਡਿਊਟੀ ਉੱਤੇ ਤੈਨਾਤ ਹੈ। ਪੂਨੇ ਦੀ ਧਰਤੀ ਤੋਂ ਰਹਿਸ਼ ਦੀ 10 ਕਿਲੋਮੀਟਰ ਦੀ ਦੂਰੀ ਅਤੇ ਹੈ ਆਪਣੀ ਘਰ ਦੀ ਰਹਿਸ਼ ਤੋਂ। ਇਹ ਜਿਸ ਵੇਲੇ ਬਾਹਰ ਜਾਂਦਾ ਇਹਦੇ ਨਾਲ ਸਖ਼ਤ ਪਹਿਰਾ ਫੌਜ ਦਾ ਹੁੰਦਾ ਹੈ। ਜਿਸ ਵੇਲੇ ਇਹਨਾਂ ਨੇ ਸੋਚਿਆ ਹੈ ਕਿ ਅਰਨ ਕੁਮਾਰ ਵੈਦਿਆ ਨੂੰ ਮੌਤ ਦੇ ਕਾਰਡ ਕਿਵੇਂ ਉਤਾਰਿਆ ਜਾਵੇ, ਦੋਵੇਂ ਸੂਰਮਿਆਂ ਨੇ ਇੱਕ ਸੰਜੂਕੀ ਮੋਟਰਸਾਈਕਲ ਖਰੀਦਿਆ, ਉਹਦੇ ਉੱਤੇ ਸਵਾਰ ਹੋ ਕੇ ਸਾਰਾ ਦਿਨ ਪੂਨੇ ਦੀਆਂ ਗਲੀਆਂ ਦੇ ਵਿੱਚ ਅੰਦਾਜ਼ਾ ਲਾਉਂਦੇ ਫਿਰਦੇ ਕਿ ਦੁਸ਼ਮਣ ਕਦੋਂ ਸਾਡੇ ਕਾਬੂ ਆਵੇਗਾ। ਅਰਦਾਸ ਬੇਨਤੀ ਕਰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਆਗਿਆ ਬਖਸ਼ੋ, ਅਸੀਂ ਆਪਣੇ ਪਰਨ ਜਿਹੜਾ ਹੈ ਉਹ ਤੋੜ ਨਿਭਾ ਸਕੀਏ। ਜਿਸ ਵੇਲੇ ਕਲਗੀਧਰ ਪਾਤਸ਼ਾਹ ਨੇ ਉਹਦੀ ਫਰਿਆਦ ਫਿਰ ਆਪ ਨੇੜੇ ਹੋ ਕੇ ਸੁਣੀ, ਇੱਕ ਦਿਨ ਜਰਨਲ ਅਰਨ ਕੁਮਾਰ ਵੈਦਿਆ ਆਪਣੇ ਪਰਿਵਾਰ ਦੇ ਨਾਲ ਇੱਕ ਜੀਪ ਉੱਤੇ ਸਵਾਰ ਹੋਇਆ ਹੈ,
ਘਰੋਂ ਬਾਰ ਬਾਰ ਸਬਜ਼ੀ ਭਾਜੀ ਲੈਣ ਵਾਸਤੇ ਪੂਨੇ ਦੇ ਬਾਜ਼ਾਰ ਵਿੱਚ ਗਿਆ ਹੈ। ਪੂਨੇ ਦੇ ਬਾਜ਼ਾਰ 'ਚ ਪਹੁੰਚਿਆ ਹੈ, ਆਪਣੀ ਕਾਰੇ ਦੀ ਧਰਮ ਸਪਤਨੀ ਨਾਲ, ਇਹਦੇ ਛੋਟੇ ਛੋਟੇ ਬੱਚੇ ਇਹਦੇ ਨਾਲ ਨੇ। ਜਿਸ ਵੇਲੇ ਇਹ ਅਰਨ ਕੁਮਾਰ ਵੈਦਿਆ ਆਪਣਾ ਘਰ ਦਾ ਸਮਾਨ ਖਰੀਦਣ ਤੋਂ ਬਾਅਦ ਆਪਣੀ ਜੀਪ ਛਟਾਟ ਕਰਕੇ ਇਹ ਆਪਣੀ ਰਹਿਸ਼ ਵੱਲੇ ਜਾ ਰਿਹਾ ਸੀ। ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੂਰੋਂ ਤੱਕ ਰਹੇ ਸਨ। ਇਹਨਾਂ ਨੇ ਸੋਚਿਆ ਕਿ ਅੱਜ ਸਾਡਾ ਦੁਸ਼ਮਣ ਸਾਡੇ ਬਹੁਤ ਨਜ਼ਦੀਕ ਟੁੱਕ ਚੁੱਕਾ ਹੈ, ਅੱਜ ਉਹ ਸਮਾਂ ਪੂਰਾ ਹੋਣ ਵਾਲਾ ਹੈ ਜਿਹੜਾ ਅਸੀਂ ਅਰਦਾਸ ਬੇਨਤੀ ਕੀਤੀ ਸੀ। ਜਿਸ ਵੇਲੇ ਜੀਪ ਇਸਨੇ ਸਟਾਰਟ ਕੀਤੀ, ਉੱਧਰੋਂ ਭਾਈ ਸੁਖਦੇਵ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣਾ ਸੰਜੂਕੀ ਮੋਟਰਸਾਈਕਲ ਸਟਾਰਟ ਕਰ ਰਿਹਾ ਹੈ। ਸਟਾਰਟ ਕਰਨ ਤੋਂ ਬਾਅਦ ਜੀਪ ਦੇ ਨਾਲ ਮਿਲਾਇਆ ਗਿਆ ਹੈ ਸੰਜੂਕੀ ਮੋਟਰਸਾਈਕਲ। ਭਾਈ ਸੁਖਦੇਵ ਸੁੱਖਾ ਨੇ ਭਾਈ ਹਰਜਿੰਦਰ ਸਿੰਘ ਨੂੰ ਆਖਿਆ, ਵੀਰ ਜੀ ਆਪਾਂ ਇਕੱਲੇ ਅਰਨ ਕੁਮਾਰ ਵੈਦਿਆ ਨੂੰ ਮੌਤ ਦੇ ਕਾਰਡ ਉਤਾਰਨਾ ਹੈ, ਇਹਦੇ ਬੱਚਿਆਂ ਨੂੰ ਚਾਹੀਦੀ ਧਰਮ ਸਤਨੀ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ, ਕੇਵਲ ਅਰਨ ਕੁਮਾਰ ਵੈਦਿਆ ਦੀ ਹਿੱਕ ਵਿੱਚ ਗੋਲੀਆਂ ਠੋਕ ਕੇ ਕੌਮੀ ਅਪਮਾਨ ਦਾ ਬਦਲਾ ਲਿਆ ਜਾਵੇ। ਭਾਈ ਹਰਜਿੰਦਰ ਸਿੰਘ ਜਿੰਦਾ ਨੇ ਨਾਲ ਮੋਟਰਸਾਈਕਲ ਮੇਲ ਦਿੱਤਾ ਹੈ। ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਕੱਢੀ ਹੈ ਸ਼ਟੇਨ ਗਨ ਕੱਢਣ ਤੋਂ ਬਾਅਦ ਇਹਨੇ ਗੋਲੀਆਂ ਦਾ ਇੱਕੇ ਵਾਰ ਛਾਣਾ ਅਰਨ ਕੁਮਾਰ ਵੈਦਿਆ ਦੀ ਹਿੱਕ ਉੱਤੇ ਦੇ ਦਿੱਤਾ ਹੈ। ਵਿਦਵਾਨ ਨੇ ਲਿਖਿਆ ਕਿ ਉਹਨਾਂ ਦੂਰੋਂ ਆਉਂਦਾ ਵੇਖਿਆ ਸਿੰਘਾਂ ਦਾ ਵੈਰੀ, ਉਹਨਾਂ ਤਾਮ ਸ਼ਹਿਰੀ ਤਾਰਿਆ, ਉਹਨਾਂ ਤਾਮ ਸ਼ਹਿਰੀ ਚਾੜਿਆ ਗਈ ਦਲੇਰੀ, ਉਹਨਾਂ ਕਾੜ ਕੜ ਗੋਲੀ ਮਾਰ ਕੇ ਕਰ ਦਿੱਤਾ ਢੇਰੀ। ਜਿਵੇਂ ਅਰਨ ਕੁਮਾਰ ਵੈਦਿਆ ਦੀ ਹਿੱਕ ਵਿੱਚ ਗੋਲੀਆਂ ਮਾਰ ਕੇ ਹੁਰਮਿਆਂ ਨੇ ਕੌਮੀ ਅਪਮਾਨ ਦਾ ਬਦਲਾ ਲਿਆ ਹੈ। ਆਓ ਉਸ ਵੇਲੇ ਦਾ ਛੰਦ ਆਪ ਜੀ ਸਾਹਿਬ 'ਚ ਹੈ, ਇਹੋ ਬਿਨ ਕੀਤਾ ਜਾ। ਸਿੱਖ ਕਾਮ ਖਾਲਸਾ ਜੋ ਸਮਝੇ ਨਹੀਂ ਗੈਰਤ ਤੋਂ ਆਉਣੀ, ਜੋ ਚਾੜੀ ਵੈਰੀ ਨੇ ਭਾਜੀ ਮੋੜਨ ਕਰਕੇ ਦੋਣੀ। 10 ਮਿਤੀ ਅਗਸਤ ਜਦੋਂ ਚੜਿਆ ਸੀ ਦਿਨ ਚਿੱਟਾ ਆ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦੀਆ ਮਾਰ ਮੁਕਾ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦੀਆ ਮਾਰ ਮੁਕਾ ਕੇ। ਓ ਸਿੱਖ ਕੌਮ ਖਾਲਸਾ ਜੋ, ਸਿੱਖ ਕੌਮ ਖਾਲਸਾ ਜੋ ਸਮਝੇ ਨਹੀਂ ਗੈਰਤ ਤੋਂ ਆਉਣੀ, ਜੋ ਚਾੜੀ ਵੈਰੀ ਨੇ ਭਾਜੀ ਮੋੜਨ ਕਰਕੇ ਦੋਣੀ। 10 ਮਿਤੀ ਅਗਸਤ ਜਦੋਂ ਚੜਿਆ ਸੀ ਚਿੱਟਾ ਦਿਨ ਆ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦਿਆ ਮਾਰ ਮੁਕਾ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦਿਆ ਮਾਰ ਮੁਕਾ ਕੇ। ਓ ਗੋਰੇ ਦੇ ਪਾਰਕ ਚੋਂ ਪਹਿਲਾਂ ਰਹੇ ਮਾਰ ਦੇ ਗੇੜੇ, ਅਗਲੇ ਦਿਨ ਸਿਰੇ ਚੜੇ ਜਿਹੜੇ ਮਰਦਾਂ ਨੇ ਕਾਜ ਸਹੇੜੇ। ਕਰਕੇ ਅਰਦਾਸਿਆਂ ਨੂੰ ਤੁਰ ਪੈ ਗੁਰ ਦੀ ਆਸ ਤਕਾ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦਿਆ ਮਾਰ ਮੁਕਾ ਕੇ, ਲਿਆ ਬਦਲਾ ਸੂਰਮਿਆਂ ਜ਼ਾਲਮ ਵੈਦਿਆ ਮਾਰ ਮੁਕਾ ਕੇ। ਓ ਚੜਕਾਰ ਮਰੋਤੀ ਤੇ ਵੈਦਿਆ ਬੇਖਾ ਫਸੀ ਫਿਰਦਾ, ਸੁੱਖਾ ਤੇ ਜਿੰਦਾ ਵੀ
ਉਸ ਨੂੰ ਫਿਰੇ ਪਹਾੜ ਦਾ ਚਿਰ ਦਾ ਘਰ ਐਨ ਬਰੋਬਰ ਤੇ ਮੋਟਰਸਾਈਕਲ ਲਿਆ ਭਜਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਉਹ ਤੱਕ ਜ਼ਾਲਮ ਵੈਦਿਆ ਨੂੰ ਗਿਆ ਲਓ ਅੱਖਾਂ ਵਿੱਚ ਉਤਰ ਸੁੱਖੇ ਲਲਕਾਰ ਕਿਹਾ ਕਿੱਥੇ ਬਜ ਕੇ ਜਾਵੇਂਗਾ ਪੁੱਤਰ ਹੱਥ ਵਿੱਚ ਪਸਤੌਲ ਉਠਾ ਕੋੜਾ ਕਰਤਾ ਸਿਸਤ ਦਬਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਵੈਦਿਏ ਦੇ ਵੱਜੀ ਜਾ ਗੋਲੀ ਵਿੱਚ ਛਾਤੀ ਦੇ ਜਾ ਕੇ ਰੁਕ ਗਈ ਸੀ ਕਾਰ ਉਹਦੀ ਇਕਦਮ ਪਟੜੀ ਨਾਲ ਟਕਰਾ ਕੇ ਸਿੰਘਾਂ ਦੀ ਗੋਲੀ ਨਾਲ ਪਹੁੰਚਿਆ ਝੱਟ ਨਰਕਾਂ ਵਿੱਚ ਜਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਓ ਪੂਨੇ ਦੀ ਧਰਤੀ ਤੇ ਹੋ ਗਈ ਪਲ ਵਿੱਚ ਲਾਲਾ ਲਾਲਾ ਵੈਦਿਏ ਨ ਮਾਰ ਗਿਆ ਅੱਜ ਕੋਈ ਮੋਟਰ ਸਾਈਕਲ ਵਾਲਾ ਰੱਬ ਜਾਣੇ ਕਿਧਰ ਨੂੰ ਉੱਡ ਗਏ ਆਪਣਾ ਕੰਮ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਓ ਲਓ ਬੇਕਸੂਰਾਂ ਦਾ ਜਿਹੜੇ ਜ਼ਾਲਮ ਬਹੁਤ ਵਗਾਇਆ ਲਓ ਵਿੱਚ ਗੜੋਚ ਪਿਆ ਉਸਦਾ ਅੰਤ ਜਦੋਂ ਸੀ ਆਇਆ ਸਿੰਘਾਂ ਦੀ ਗੋਲੀ ਨਾ ਪਹੁੰਚਾ ਝੱਟ ਨਰਕਾਂ ਵਿੱਚ ਜਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਧੰਨ ਕਰਨੀ ਮਰਦਾਂ ਦੀ ਆਖੇ ਅਮਰ ਜੀਤ ਸਬਰਾਵਾਂ ਸੁੱਖੇ ਤੇ ਜਿੰਦੇ ਜਏ ਵਿਰਲੇ ਪੁੱਤ ਜੰਮਦੀਆਂ ਮਾਵਾਂ ਰੱਬ ਜਾਣੇ ਕਿਧਰ ਨੂੰ ਉੱਡ ਗਏ ਆਪਣਾ ਕੰਮ ਭਗਤਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ ਲਿਆ ਬਦਲਾ ਸੂਰਮਿਆ ਜ਼ਾਲਮ ਵੈਦਿਆ ਮਾਰ ਮੁਕਾ ਕੇ 10 ਅਕਤੂਬਰ 1994 ਨੂੰ ਭਾਈ ਸੁਖਦੇਵ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਇਸ ਅਰਨ ਕੁਮਾਰ ਵੈਦਿਆ ਨੂੰ ਭਾਰਤੀ ਫੌਜਾਂ ਦੀ ਕਮਾਂਡ ਕਰਨ ਵਾਲੇ ਜਿਹਦੇ ਹੁਕਮ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗੋਲੀ ਚਲਾਈ ਗਈ ਸੀ ਉਸ ਦੁਸ਼ਮਣ ਨੂੰ ਮੌਤ ਦੇ ਕਾਰਡ ਉਤਾਰ ਦਿੱਤਾ ਹੈ। ਆਖਿਰਕਾਰ ਪੂਨੇ ਦੀ ਜੇਲ੍ਹ ਵਿੱਚ ਦੋਵੇਂ ਸੂਰਮੇ ਗ੍ਰਿਫਤਾਰ ਹੋਏ ਨੇ। ਵਕਤ ਦੀ ਸਰਕਾਰ ਨੂੰ ਇਹਨਾਂ ਨੂੰ ਫਾਂਸੀ ਦੇ ਫੰਦੇ ਉੱਤੇ ਚੜਾ ਕੇ ਮੌਤ ਦੇ ਕਾਰਡ ਉਤਾਰ ਦਿੱਤਾ ਹੈ। ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਆਖਰੀ ਸਮੇਂ ਤੱਕ ਜਿਹੜੀਆਂ ਜੇਲ੍ਹ ਚਿੱਠੀਆਂ ਨਾਂ ਦੀ ਇਹਨਾਂ ਨੇ ਕਿਤਾਬ ਜੇਲ੍ਹ ਦੇ ਵਿੱਚੋਂ ਲਿਖੀ, ਉਹਦੇ ਵਿੱਚ ਲਿਖਿਆ ਗਿਆ ਹੈ ਆਪਣੇ ਪਰਿਵਾਰ ਨੂੰ ਇਹ ਹਦਾਇਤ ਕੀਤੀ ਗਈ ਹੈ ਜਿਸ ਵੇਲੇ
ਸਾਨੂੰ ਫਾਂਸੀ ਦੇ ਫੰਦੇ ਉੱਤੇ ਲਟਕਾਇਆ ਜਾਵੇ। ਸਾਡੇ ਘਰਾਂ ਵਿੱਚ ਸੋਗ ਦਾ ਮਾਹੌਲ ਨਹੀਂ ਹੋਣਾ ਚਾਹੀਦਾ, ਸਾਡੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ। ਉਸ ਵੇਲੇ ਲੰਡੂ ਵਾਡੇ ਜਾਣ, ਕਿਉਂਕਿ ਅਸੀਂ ਆਪਣੇ ਦੁਸ਼ਮਣ ਨੂੰ ਮੌਤ ਦੇ ਕਾਰਡ ਉਤਾਰ ਕੇ ਆਪ ਹੱਸ ਹੱਸ ਕੇ ਫਾਂਸੀ ਦਾ ਫੰਦਾ ਆਪਣੇ ਗਲ ਵਿੱਚ ਪਾਇਆ ਹੈ। ਮੌਤ ਜ਼ਿੰਦਗੀ ਦਾ ਕੀ ਸਵਾਲ, ਉੱਥੇ ਜਿੱਥੇ ਨਸ਼ੇ ਸ਼ਹਾਦ ਦੇ ਚਵੜੇ ਹੋਵਣ, ਉਹਨਾਂ ਮੌਤ ਨਾਲ ਵੰਡ ਵਿਹਾਰ ਕਾਹਦਾ, ਜਿਨ੍ਹਾਂ ਨਾਗ ਪ੍ਰੇਮ ਦੇ ਲੜੇ ਹੋਵਣ ਅਤੇ ਪਾਲਾਂ ਬੰਨ ਪਿਆਰੇ ਦੇ ਡਾਰੇ ਉੱਤੇ ਧੌਣਾ ਇਉਂ ਚੁਕਾ ਕੇ ਖੜ੍ਹੇ ਹੋਵਣ, ਅਤੇ ਅੱਗੋਂ ਪਾਰਖੂ ਵੀ ਕਿਹੜੀ ਕੱਟ ਕਰਦੇ, ਵੇਖਣ ਆਸ਼ਕਾਂ ਤਾਈਂ ਅਜ਼ਮਾਏ ਕੇ, ਅਤੇ ਫਿਰ ਦੇਣ ਖਿਤਾਬ ਸ਼ਹੀਦੀਆਂ ਦਾ, ਪਹਿਲਾਂ ਤੇਗ ਦੀ ਤਾਰ ਲੰਘਾਏ ਕੇ। ਅਤੇ ਇਹ ਸ਼ਹੀਦ ਆਪਣੇ ਆਪ ਦਾ ਸਰਮਾਇਆ ਹੁੰਦੇ, ਜਿਹੜੇ ਆਪਣੇ ਆਪ ਦੀ ਸ਼ਹਾਦ ਦੇ ਕੇ ਆਪਣਾ ਨਾਮ ਸਿੱਖ ਇਤਿਹਾਸ ਦੇ ਪੰਨਿਆਂ ਦੇ ਅੰਦਰ ਚਮਕਾਉਂਦੇ ਨੇ। ਆਓ, ਇਸ ਤੋਂ ਅੱਗੇ ਨਾ ਜਾਵਾਂ, ਨੀਤ ਕੀਤਾ ਹੋਇਆ ਸਮਾਂ ਸਮਾਪਤ ਹੈ। ਗੁਰੂ ਕੇ ਇਤਿਹਾਸ ਦੀ ਕਦਰ ਕਰਦਿਆਂ ਸਾਡੇ ਬਹੁਤ ਅਤਿ ਸਤਿਕਾਰਯੋਗ ਗ੍ਰੰਥੀ ਭਾਈ